ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਕਿਸਾਨ ਮਜ਼ਦੂਰ ਮੋਰਚਾ ਜਿਹੜਾ ਦੇਸ਼ ਦਾ ਇੱਕ ਵੱਡਾ ਫੋਰਮ ਆ ਜਿਹਦੇ ਵਿੱਚ ਦੇਸ਼ ਦੀਆਂ 9 ਰਾਜਾਂ ਦੀਆਂ ਸੈਂਕੜੇ ਜਥੇਬੰਦੀਆਂ ਉਹਦਾ ਕੋਆਰਡੀਨੇਟਰ ਬੋਲਦਾ ਜੀ SKM ਗੈਰ ਰਾਜਨੀਤਿਕ ਅਤੇ KMM ਵੱਲੋਂ ਜਿਹੜਾ ਦਿੱਲੀ ਅੰਦੋਲਨ ਦਾ ਐਲਾਨ ਕੀਤਾ ਗਿਆ ਅੱਜ ਉਹ 13-13 ਦਾ ਜਿਹੜਾ ਗੁਰੂ ਨਾਨਕ ਸਾਹਿਬ ਦੇ 13-13 ਦੇ ਨਾਂ 'ਤੇ ਇਹ ਰੱਖਿਆ ਗਿਆ ਸੀ ਦਿਹਾੜਾ ਉਹ ਦਿਨ ਹੈਗਾ ਵਾ ਔਰ ਜਿੱਥੋਂ ਤੱਕ ਸਰਕਾਰ ਨਾਲ ਗੱਲਬਾਤ ਦਾ ਸਵਾਲ ਆ ਜਿਹੜੀ ਅਸੀਂ MSP ਖਰੀਦ ਦੀ ਗਰੰਟੀ ਦੇ ਕਾਨੂੰਨ 'ਤੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਨੋਟੀਫਾਈ ਕਰ ਦਿਓ ਅੱਜ ਦੀ ਮੀਟਿੰਗ ਵਿੱਚ ਐਲਾਨ ਕਰ ਦਿਓ ਵੀ ਸਰਕਾਰ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਊਗੀ ਅੱਗੇ ਉਹਦੀ ਪ੍ਰਕਿਰਿਆ ਕੀ ਹੁੰਦੀ ਆ ਅਪਣਾ ਲਾਂਗੇ ਕੋਈ ਗੱਲ ਨਹੀਂ ਔਰ ਸਰਕਾਰ ਦੀ ਮਨਸ਼ਾ ਹੁੰਦੀ ਆ ਵੀ ਖੇਤੀਬਾੜੀ ਮੰਤਰੀ ਦੇ ਹੇਠ ਕੋਈ ਬਾਹਰ 4 ਬੰਦੇ ਕਮੇਟੀ ਬਣਾ ਲਓ ਕੋਈ ਹੋਰ ਕਮੇਟੀ ਬਣਾ ਲਓ ਅਸੀਂ ਉਹਨਾਂ ਗਾੜੀ ਬਹੁਤ ਸਾਰੀਆਂ ਚੀਜ਼ਾਂ ਰੱਖੀਆਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਸਵਾਇਮ ਪ੍ਰਧਾਨ ਮੰਤਰੀ ਜੀ ਜਿਹੜੇ ਕੰਜ਼ੂਮਰ ਅਫੇਅਰ ਦੇ ਚੇਅਰਪਰਸਨ ਸੀਗੇ 2012 ਦੇ ਵਿੱਚ ਠੀਕ ਆ ਉਹਨਾਂ ਨੇ ਖੁਦ ਸਿਫਾਰਿਸ਼ ਕੀਤੀ ਹੋਈ ਆ ਵੀ ਕਿਸਾਨਾਂ ਨੂੰ MSP ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾ ਕੇ ਮਿਲਣਾ ਚਾਹੀਦਾ ਉਹਨਾਂ ਦੀ ਕਮੇਟੀ ਰੱਖ ਦਿੱਤੀ 2018 ਦੇ ਵਿੱਚ ਕੇਂਦਰ ਦੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਉਹਦੇ ਸਚਿਵ ਨੇ ਚਿੱਠੀ ਲਿਖ ਕੇ ਦਿੱਤੀ ਆ ਵੀ ਅਸੀਂ MSP ਖਰੀਦ ਦੀ ਗਰੰਟੀ 'ਤੇ ਆ ਸਾਰੀਆਂ ਗੱਲਾਂ ਕਹਿ ਕੇ ਕਾਨੂੰਨ ਬਣਾਵਾਂਗੇ ਇੱਕ ਜਬਲਪੁਰ ਹਾਈ ਕੋਰਟ ਨੇ ਜਿਹੜੀ ਜੱਜਮੈਂਟ ਦਿੱਤੀ ਆ ਵੀ ਕਿਸਾਨਾਂ ਦੀ MSP ਖਰੀਦ ਦੀ ਗਰੰਟੀ ਤੋਂ ਹੇਠਾਂ ਫਸਲ ਨਹੀਂ ਖਰੀਦੀ ਜਾਣੀ ਚਾਹੀਦੀ ਅਸੀਂ ਬੜੇ ਫੈਕਟਾਂ ਸਮੇਤ ਉਹ ਚੀਜ਼ਾਂ ਉਹਨਾਂ ਦੇ ਗਾੜੀ ਰੱਖੀਆਂ ਜਿਹੜੀ CACP ਆ ਜਿਹਦੇ ਰਾਹੀਂ ਇਹ ਸਾਡੇ ਹੁਣ MSP ਦਾ ਐਲਾਨ ਕਰਦੇ ਆ ਜਿਹੜਾ ਵਾਧਾ ਹੁੰਦਾ ਵਾ ਇਹਨਾਂ ਦੀ ਪਹਿਲੋਂ ਕਮੇਟੀਆਂ ਬਣੀਆਂ ਹੋਈਆਂ ਇਹ ਸਾਰਾ ਕੈਲਕੂਲੇਟ ਕਰਦੇ ਆ ਡਾਟਾ ਕੈਲਕੂਲੇਟ ਡਾਟਾ ਕਰਕੇ ਫਿਰ ਸਾਡੀ MSP ਡਿਕਲੇਅਰ ਕਰਦੇ ਆ ਅਸੀਂ ਕਿਹਾ ਵੀ ਤੁਸੀਂ MSP 23 ਫਸਲਾਂ 'ਤੇ ਵੈਸੇ ਹੀ ਡਿਕਲੇਅਰ ਕਰਦੇ ਹੋ ਉੱਥੇ ਤੱਕ ਉਹ ਰੌਲਾ ਨਹੀਂ ਹੈਗਾ ਤੁਸੀਂ ਉਹਦੇ 'ਤੇ ਲੀਗਲ ਗਰੰਟੀ ਦੇ ਦਿਓ ਸਾਨੂੰ ਵੀ ਬਸ ਹੁਣ ਤੁਹਾਡੀ ਮੰਡੀ ਦੇ ਵਿੱਚ ਇਹ ਘੱਟ ਰੇਟ 'ਤੇ ਨਹੀਂ ਵਿਕੂਗੀ ਇਹ ਦੇਸ਼ ਭਰ ਦੇ ਕਿਸਾਨਾਂ ਦੀ ਜਿਹੜੀ ਮੰਡੀ ਵਿੱਚ ਹੁੰਦੀ ਲੁੱਟ ਆ ਉਹ ਬੰਦ ਹੋ ਜੂਗੀ ਪਰ ਉਹ ਇਹਦੇ 'ਤੇ ਬਿਲਕੁਲ ਤਿਆਰ ਨਹੀਂ ਹੈਗੇ ਨਾ ਉਹ 'ਤੇ ਆ ਹਾਂ C250 'ਤੇ ਕੋਈ ਚਰਚਾ ਹੋ ਸਕਦੀ ਆਪੋ 'ਚ ਉਹਦੀ ਵੀ C250 'ਤੇ ਕੀ ਇਨਪੁੱਟਸ ਤੈਅ ਕਰਨੇ ਆ ਕਿਵੇਂ ਉਹਨੂੰ ਲਾਗੂ ਲੱਗਣਾ ਵਾ ਪਰ MSP ਖਰੀਦ ਦੀ ਗਰੰਟੀ 'ਤੇ 23 ਫਸਲਾਂ ਦੀ ਅਨਾਊਂਸਮੈਂਟ ਹੋ ਰਹੀ ਆ ਉਹਦੇ 'ਤੇ ਸਾਨੂੰ ਨਹੀਂ ਲੱਗਦਾ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈਗੀ ਇਹਨੂੰ ਦੇਣ ਦੀ ਇਹ ਅਸੀਂ ਘੱਟੋ ਘੱਟ 1.5-2 ਘੰਟੇ ਇਸ ਮਸਲੇ 'ਤੇ ਹੀ ਚਰਚਾ ਚੱਲੀ ਇਸ ਮਸਲੇ 'ਤੇ ਰਿੜਕਿਆ ਗਿਆ ਇਸ ਮਸਲੇ 'ਤੇ ਰੌਲਾ ਪਿਆ ਪਰ ਉਹਦਾ ਕੋਈ ਸਾਰਥਕ ਮਤਲਬ ਸਿੱਟਾ ਨਹੀਂ ਨਿਕਲਿਆ ਹੈਗਾ ਇਸੇ ਤਰ੍ਹਾਂ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 'ਤੇ ਵੀ ਕੋਈ ਸਾਰਥਕ ਸਿੱਟਾ ਨਹੀਂ ਨਿਕਲਿਆ ਹੈਗਾ ਔਰ ਮਤਲਬ ਬਾਕੀ ਚੀਜ਼ਾਂ 'ਤੇ ਵੀ ਭਾਵੇਂ ਗੰਨੇ 'ਤੇ ਵੀ ਸੀਗਾ ਸਾਡਾ ਕੋਈ ਉਹਨਾਂ ਕੋਲ ਠੋਸ ਹੱਲ ਨਹੀਂ ਸੀ ਹੈਗਾ ਕਿਸਾਨ ਮਜ਼ਦੂਰ ਦੇ ਕਰਜ਼ੇ ਮਾਫ਼ੀ 'ਤੇ ਵੀ ਉਹ ਕਹਿੰਦੇ ਆ ਵੀ ਪਤਾ ਕਰੀਏ ਕਿੰਨਾ ਲੋਨ ਦੱਸੋ ਸਰਕਾਰ ਨੂੰ ਸਾਡੇ ਲੋਨ ਦਾ ਨਹੀਂ ਪਤਾ ਹੈਗਾ ਆਪਾਂ ਪਿਛਲੀ 8 ਨੂੰ ਮੀਟਿੰਗ 14 ਦਿਨਾਂ 'ਚ ਪਤਾ ਲੱਗ ਜਾਣਾ ਸੀ ਮਤਲਬ ਸਾਰੀਆਂ ਗੱਲਾਂ ਤੋਂ ਐਂ ਲੱਗਦਾ ਸੀ ਜਿਵੇਂ ਸਾਡੇ ਅੰਦੋਲਨ ਨੂੰ ਅੱਗੇ ਟਾਲਣਾ ਚਾਹੁੰਦੇ ਆ ਖੜਨਾ ਚਾਹੁੰਦੇ ਆ ਚੱਲ ਅਸੀਂ ਬਜਿੱਦ ਨਹੀਂ ਸੀ ਹੈਗੇ ਅਸੀਂ ਨਹੀਂ ਸੀ ਚਾਹੁੰਦੇ ਅਸੀਂ ਵੇਟ ਵੀ ਕਰ ਸਕਦੇ ਸੀ ਆਪਣੇ ਲੋਕਾਂ ਨਾਲ ਪਰ ਸਾਨੂੰ ਕੁਛ ਦਿੰਦੇ ਤਾਂ ਸਹੀ
ਕੋਈ ਕਰਜ਼ੇ ਤੇ ਐਲਾਨ ਕਰ ਦਿੰਦੇ, ਕੋਈ MSP ਖਰੀਦ ਦੀ ਗਰੰਟੀ ਦਾ ਵਾਅਦਾ ਕਰਦੇ, ਚੱਲ ਅਸੀਂ ਕਹਿ ਲੈਂਦੇ ਵੀ ਅਸੀਂ 2 ਦਿਨ ਵੇਟ ਕਰ ਲੈਂਦੇ ਹਾਂ, ਪਰ ਮੈਨੂੰ ਨਹੀਂ ਲੱਗਿਆ ਵੀ ਉਹਨਾਂ ਨੇ ਕੋਈ ਸਾਡੇ ਹੱਥ ਚੀਜ਼ ਫੜਾਈ ਹੈਗੀ ਆ ਜਿਹਦੇ ਕਰਕੇ ਅਸੀਂ ਵੇਟ ਕਰੀਏ।